ਹੁਣ ਤੱਕ ਦੀ ਵੱਡੀ ਅਪਡੇਟ ਗੁੱਸੇ ਵਿੱਚ ਆ ਕੇ ਲੋਰੈਂਸ ਵਿਸ਼ਨੋਈ ਨੇ ਬੋਲ ਦਿੱਤਾ ਸਾਰਾ ਸੱਚ ਨਹੀਂ ਸੈਣ ਕਰ ਪਾ ਰਿਹਾ ਸਾਥੀਆਂ ਦਾ ਐਨਕਾਊਂਟਰ ਦਾ ਦੁੱਖ ਹੁਣ ਤੱਕ ਦੀ ਵੱਡੀ ਅਪਡੇਟ ਲੈ ਕੇ ਆਏ ਆ ਆਓ ਪਹਿਲਾ ਫਤਿਹ ਬੁਲਾਈਏ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਗੱਲ ਕਰਦੇ ਆ ਲੌਰੈਂਸ ਵਿਸ਼ਨੋਈ ਤੇ ਸਿੱਧੂ ਮੁਸੇਵਾਲੇ ਦੀ ਅਸੀਂ ਦੱਸ ਦੇਣਾ ਚਾਹੁੰਦੇ ਆ ਜਿਵੇਂ ਕਿ ਸਭ ਜਾਣਦੇ ਵੀ ਨੇ ਕਿ ਜਿਵੇਂ ਕਿ ਲੌਰੈਂਸ ਵਿਸ਼ਨੋਈ ਦਾ ਵੱਡਾ ਹੱਥ ਹੈ ਵੱਡਾ ਹੱਥ ਕੀ ਜਿਵੇਂ ਲੌਰੈਂਸ ਵਿਸ਼ਨੋਈ ਦੇ ਗੈਂਗ ਨੇ ਹੀ ਮਰਵਾਇਆ ਹੈ ਸਿੱਧੂ ਮੁਸੇਵਾਲਾ ਤੇ ਲੌਰੈਂਸ ਵਿਸ਼ਨੋਈ ਉਹਦਾ ਮੁਖ ਕਹਿ ਸਕਦੇ ਹਾਂ ਕਰਤਾ ਧਰਤਾ ਜੋ ਕਿ ਕਿ ਇਹ ਲੌਰੈਂਸ ਵਿਸ਼ਨੋਈ ਦਾ ਗਰੁੱਪ ਹੈ ਗੈਂਗ ਹੈ ਇਹਦਾ ਮੇਨ ਗੈਂਗਸਟਰ ਹੀ ਲੌਰੈਂਸ ਵਿਸ਼ਨੋਈ ਹੈ ਤੇ ਲੋਰੈਂਸ ਵਿਸ਼ਨੋਈ ਤਾਂ ਪੁਲਿਸ ਦੀ ਹਿਰਾਸਤ ਵਿੱਚ ਹੈ ਲਗਾਤਾਰ ਉਸ ਦਾ ਰਿਮਾਂਡ ਜਾਰੀ ਹੈ ਤੇ ਹੁਣ ਤੁਹਾਨੂੰ ਦੱਸਦੀ ਹੈ ਕਿ ਬੀਤੀ ਕੱਲ ਜਿਹੜੇ ਜਿਹੜੇ ਦੋ ਸ਼ਾਪ ਸ਼ੂਟਰ ਟੈਟਰੀ ਕਰ ਦਿੱਤੇ ਪੰਜਾਬ ਪੁਲਿਸ ਨੇ ਮੁਕਾਬਲਾ ਕਰ ਰਹੇ ਸੀ ਪੰਜਾਬ ਪੁਲਿਸ ਦੇ ਨਾਲ ਤਾਂ ਉਸ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਨੇ ਉਹਨਾਂ ਦੋ ਸ਼ੂਟਰਾਂ ਨੂੰ ਟੈਰ ਟੈਰੀ ਕਰ ਦਿੱਤਾ ਤਾਂ ਉਸ ਤੋਂ ਬਾਅਦ ਲੌਰੈਂਸ ਵਿਸ਼ਨੋਈ ਨੂੰ ਵੱਡਾ ਝਟਕਾ ਲੱਗਿਆ ਗੁੱਸੇ ਚ ਆਏ ਲੌਰੈਂਸ ਵਿਸ਼ਨੋਈ ਨੇ ਸਾਰਾ ਸੱਚ ਉਗਲ ਕੇ ਰੱਖ ਦਿੱਤਾ ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਝਟਕਾ ਲੱਗਿਆ ਸਹੀ ਪਰ ਇਹ ਤਾਂ ਗੱਲ ਸੱਚ ਹੈ ਕਿ ਹੁਣ ਜੋ ਦੋ ਨਾਮੀ ਸ਼ੂਟਰ ਨੇ ਉਹਨਾਂ ਦਾ ਵੀ ਝਟਕਾ ਲੱਗਿਆ ਉਹ ਵੀ ਬਹੁਤ ਵੱਡਾ ਝਟਕਾ ਕਿਉਂਕਿ ਉਹ ਖਾਸ ਬੰਦੇ ਦੱਸੇ ਜਾਂਦੇ ਨੇ ਲੌਰਸ ਵਿਸ਼ਨੋਈ ਦੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਸ ਦੇ ਦੌਰਾਨ ਕੁਝ ਵੱਡੇ ਖੁਲਾਸੇ ਹੋਏ ਨੇ ਜਿਹੜੇ ਕਿ ਸੂਤਰਾਂ ਦੀ ਜੇਕਰ ਮੰਨੀਏ ਕੁਝ ਵੱਡੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਲੌਰਸ ਵਿਸ਼ਨੋਈ ਦੇ ਵੱਲੋਂ ਵੱਡੀਆਂ ਗੱਲਾਂ ਦਾ ਖੁਲਾਸਾ ਕੀਤਾ ਗਿਆ ਹੈ ਲੌਰਸ ਵਿਸ਼ਨੋਈ ਦੇ ਵੱਲੋਂ ਦੱਸਿਆ ਗਿਆ ਕਿ ਸਿੱਧੂ ਨੂੰ ਮਾਰਨ ਦੇ ਲਈ ਜਿਹੜਾ ਪਲਾਨ ਕੀਤਾ ਗਿਆ ਸੀ ਉਹ 1 ਕਰੋੜ ਦੇ ਵਿੱਚ ਕੀਤਾ ਗਿਆ ਸੀ 1 ਕਰੋੜ ਰੁਪਇਆ Sidhu ਦੀ ਮੌਤ ਦਾ ਪੂਰਾ ਪਲਾਨ ਕਰਕੇ ਬਣਾਇਆ ਗਿਆ ਸੀ ਕਿ 1 ਕਰੋੜ ਰੁਪਇਆ ਉਸ ਪਿੱਛੇ ਲੱਗੇਗਾ ਅਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਆਖਰਕਾਰ ਸ਼ੂਟਰ ਨੂੰ ਕਿੰਨੇ ਕਿੰਨੇ ਪੈਸੇ ਦਿੱਤੇ ਜਾਣਗੇ ਕਿਹੜਾ ਕਿਹੜਾ ਬੰਦਾ ਸ਼ਾਮਿਲ ਹੋਵੇਗਾ ਕਿੰਨੇ ਬੰਦੇ ਸ਼ਾਮਿਲ ਹੋਣਗੇ ਹੋਰ ਵੀ ਸਾਰੀ ਜਾਣਕਾਰੀ ਇਸ ਦੇ ਵਿੱਚ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਲੌਰੰਸ ਵਿਸ਼ਨੋਈ ਹੋਣਾ ਦੇ ਵੱਲੋਂ ਜੋ 5 ਲੱਖ ਰੁਪਏ ਇੱਕ ਸ਼ੂਟਰ ਨੂੰ ਦਿੱਤਾ ਗਿਆ ਸੀ ਜੀ ਹਾਂ 5 ਲੱਖ ਰੁਪਏ ਦਿੱਤਾ ਗਿਆ ਸੀ ਹਰ ਇੱਕ ਸ਼ੂਟਰ ਨੂੰ ਸਿੱਧੂ ਨੂੰ ਮਾਰਨ ਦੇ ਲਈ ਤੇ ਇਧਰੋਂ ਲੌਰੰਸ ਜਾਂ ਫਿਰ ਗੋਲਡੀ ਬਰਾੜ ਦੇ ਇਸ਼ਾਰੇ ਤੇ ਸਿੱਧੂ ਮੁਸੇਵਾਲੇ ਦੇ ਉੱਤੇ ਤਾਬੜ ਤੋੜ ਗੋਲੀਆਂ ਵਰਸਾਈਆਂ ਗਈਆਂ ਤੇ 5 ਲੱਖ ਰੁਪਏ ਦਿੱਤਾ ਗਿਆ ਸੀ ਸ਼ੂਟਰਾਂ ਨੂੰ ਤੇ ਦੱਸ ਦਈਏ ਇਸ ਦੇ ਵਿੱਚ ਵੀ 25 ਬੰਦੇ ਸ਼ਾਮਲ ਸੀ ਜੋ ਕਿ ਕਤਲकांड ਦੇ ਵਿੱਚ 20 ਤੋਂ ਵੱਧ ਬੰਦੇ ਸ਼ਾਮਲ ਸੀ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ 100 ਤੋਂ ਜ਼ਿਆਦਾ ਬੰਦੇ ਇਸ ਬਾਰੇ ਜਾਣੂ ਸੀ ਕਿ ਸਿੱਧੂ ਦਾ ਕਤਲ ਹੋਵੇਗਾ ਜੀ ਹਾਂ ਸਿੱਧੂ ਦਾ ਕਤਲ ਹੋਵੇਗਾ ਇਸ ਬਾਰੇ 100 ਤੋਂ ਵੱਧ ਬੰਦੇ ਜਾਣੂ ਸੀ ਤਾਂ ਦੱਸ ਦਈਏ ਕਿ ਪੋਸਟਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਪੋਸਟਾਂ ਜਿਹੜੀਆਂ ਕਿ ਪਾਈਆਂ ਗਈਆਂ ਸੀ ਜੋ ਕਿ 골ਡੀ ਬਰਾੜ ਦੇ ਵੱਲੋਂ ਵੀ ਕਿ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਪੋਸਟਾਂ ਪਾ ਕੇ ਖੁਦ ਉਹਨਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਪਰ ਹੁਣ ਇਹ ਵੱਡੇ ਖੁਲਾਸੇ ਜਿਹੜੇ ਲੌਰੈਂਸ ਵਿਸ਼ਨੋਈ ਵੱਲੋਂ ਕਰ ਦਿੱਤੇ ਗਏ ਲੌਰੈਂਸ ਵਿਸ਼ਨੋਈ ਨੇ ਦੱਸ ਦਿੱਤਾ ਹੈ ਕਿ ਸਿੱਧੂ ਨੂੰ ਮਾਰਨ ਲਈ 1 ਕਰੋੜ ਰੁਪਇਆ ਲੱਗਿਆ ਜੀ ਹਾਂ 1 ਕਰੋੜ ਰੁਪਏ ਦਾ ਬਜਟ ਕਹਿ ਸਕਦੇ ਹਾਂ ਆਪਾਂ ਰੱਖਿਆ ਗਿਆ ਸੀ ਪਲਾਨ ਕੀਤਾ ਗਿਆ ਸੀ ਕਿ 1 ਕਰੋੜ ਰੁਪਇਆ ਲੱਗੇਗਾ ਸਿੱਧੂ ਨੂੰ ਮਾਰਨ ਦੇ ਲਈ ਜਿਸ ਦੇ ਵਿੱਚ ਕਿ 5-5 ਲੱਖ ਰੁਪਇਆ ਹਰ ਇੱਕ ਸ਼ੂਟਰ ਨੂੰ ਦਿੱਤਾ ਜਾਵੇਗਾ ਜੇਕਰ ਉਸ ਦੌਰਾਨ 5 ਸ਼ੂਟਰ ਸੀ ਤੇ ਆਪਾਂ ਦੇਖ ਸਕਦੇ ਹਾਂ ਕਿ 25 ਲੱਖ ਬਣ ਜਾਂਦਾ ਹੈ ਜੇ ਸੱਤ ਸ਼ੂਟਰ ਸੀ ਤਾਂ 35 ਲੱਖ ਬਣ ਜਾਂਦਾ ਹੈ ਇਹ ਗੱਲ ਦਾ ਸਾਫ਼ ਹੈ ਕਿ ਸਿੱਧੂ ਮਸੇਰੇ ਵਾਲੇ ਨੂੰ ਮਾਰਨ ਦੇ ਲਈ ਵੱਡੇ ਪੱਧਰ ਤੇ ਪਲਾਨ ਕੀਤਾ ਗਿਆ ਸੀ ਤਾਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਿੱਧੂ ਨੂੰ ਮਾਰਨ ਦੇ ਲਈ ਅੱਜ ਤੋਂ ਨਹੀਂ ਕਾਫੀ ਦੇਰ ਤੋਂ ਸਿੱਧੂ ਦਾ ਪਿੱਛਾ ਕੀਤਾ ਜਾਂਦਾ ਸੀ ਸੋ ਇਹ ਸੀ ਹੁਣ ਤੱਕ ਦੀ ਅਪਡੇਟ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਵਧੀਆ ਲੱਗੀ ਤਾਂ ਕੋਈ ਗੱਲ ਨਹੀਂ ਨਾ ਕਰਿਓ ਨਵੀਂ ਅਪਡੇਟ ਲੈ ਕੇ ਫਿਰ ਆਵਾਂਗੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ